ਕਾਲ ਪੰਜਾਬੀ ਦੇ ਕਿਚਨ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇੱਕ ਵਾਰ ਦੁਬਾਰਾ ਮੈਂ ਤੁਹਾਡੇ ਅੱਗੇ ਮਾਂ ਛੋਲਿਆਂ ਦੀ ਦਾਲ ਦਾ ਤੜਕਾ ਪੇਸ਼ ਕਰ ਰਹੀ ਹਾਂ। ਤੁਸੀਂ ਦੇਖ ਰਹੇ ਹੋਗੇ ਜਿਹੜੀ ਉਹਦੇ ਉਹਨੂੰ ਬਣਾਉਣ ਦੀ ਸਮੱਗਰੀ ਵਿੱਚ ਛੋਲਿਆਂ ਦੀ ਦਾਲ, ਮਾਂ ਛੋਲਿਆਂ ਦੀ ਦਾਲ ਹੈ, ਮਿਰਚਾਂ ਨੇ, ਜੀਰਾ ਹੈ, ਸੁੱਕੇ ਮਸਾਲੇ ਹੈ, ਇੱਕ ਪਿਆਜ਼, ਇੱਕ ਟਮਾਟਰ, ਥੋੜ੍ਹੀ ਜਿਹੀ ਅਦਰਕ ਅਤੇ 8-10 ਲਸਣ ਦੀਆਂ ਤੁਰੀਆਂ। ਦਾਲ ਮੈਂ ਕੁੱਕਰ 'ਚ ਪਾ ਤੀ ਹੈ ਧੋ ਕੇ। 5 ਮਿੰਟ ਹੁਣ ਵਿੱਚ ਨਮਕ ਅਤੇ ਮੈਂ ਹਲਦੀ ਪਾ ਰਹੀ ਹਾਂ, 1/2 ਚਮਚ ਹਲਦੀ, ਸਵਾਦ ਅਨੁਸਾਰ ਨਮਕ। ਰੱਖਾਂਗੇ ਇਹਨੂੰ, ਉਸ ਤੋਂ ਬਾਅਦ ਅਸੀਂ ਤੜਕਾ ਲਾਵਾਂਗੇ। ਸਾਡੀ ਦਾਲ ਤਿਆਰ ਹੋ ਗਈ, ਮੈਂ ਹੁਣ ਤੜਕਾ ਲਾਉਣ ਲੱਗੀ ਹਾਂ। ਕਲਰ ਚੇਂਜ ਹੋ ਗਿਆ, 1/2 ਚਮਚ ਜੀਰਾ ਪਾਇਆ, ਥੋੜ੍ਹੀ ਜਿਹੀ ਹਿੰਗ ਪਾਵਾਂਗੇ, ਉਹਨੂੰ ਬਹੁਤ ਵਧੀਆ ਸਮੈਲ ਆਉਂਦੀ ਹੈ। ਲਾਲ ਹੁਣ ਤੱਕ ਅਸੀਂ ਵੇਟ ਕਰਾਂਗੇ ਜੀਰੇ ਦੀ, ਫਿਰ ਉਹਦੇ ਵਿੱਚ ਮੈਂ ਪਾਉਣਾ ਹੈ ਲਸਣ ਅਤੇ ਅਦਰਕ। ਚੇਂਜ ਹੋ ਗਿਆ, ਹੁਣ ਮੈਂ ਪਿਆਜ਼ ਭੁੰਨ ਰਹੀ ਹਾਂ। ਪਿਆਜ਼ ਬਰਾਊਨ ਹੋ ਗਿਆ, ਹੁਣ ਮੈਂ ਟਮਾਟਰ ਪਾ ਰਹੀ ਹਾਂ। ਹੁਣ ਇਹਦੇ 'ਚ ਮੈਂ ਪਾਵਾਂਗੀ ਕਾਲੇ ਮਿਰਚ, ਥੋੜ੍ਹਾ ਧਨੀਆ ਪਾਊਡਰ ਅਤੇ ਨਾਲੇ ਦਾਲ। ਹੁਣ ਮੈਂ ਦਾਲ ਇਹ 'ਚ ਮਿਕਸ ਕਰਾਂਗੀ, ਦੇਖਣਾ ਕਿੰਨਾ ਵਧੀਆ ਹੁੰਦਾ ਦਾਲ ਦਾ ਤੜਕਾ ਲੱਗ ਰਿਹਾ। ਜਸਟ ਦੇਖੋ ਸਾਰੇ, ਇਹਨੂੰ ਲੱਗ ਰਿਹਾ ਜਿਵੇਂ ਬਹੁਤ। ਹੁਣ ਮੈਂ ਮਿਰਚ ਪਾਵਾਂਗੀ, ਇਹ ਲਾਲ ਮਿਰਚ ਹੈ, ਅਤੇ ਮੈਂ ਪਾਵਾਂਗੀ ਗਰਮ ਮਸਾਲਾ ਅਤੇ ਸਵਾਦ ਅਨੁਸਾਰ ਜਿਸ ਤਰ੍ਹਾਂ ਕਿਸੇ ਨੇ ਹਰੀ ਮਿਰਚ ਨੂੰ ਚਟਨੀ ਤੋਂ ਵੀ ਪਾ ਸਕਦੇ ਹੋ, ਮੈਂ ਵੀ ਪਾਣੀ ਹੈ। ਸਾਡੀ ਦਾਲ ਬਣ ਕੇ ਤਿਆਰ ਹੋ ਗਈ ਹੈ, ਇਹ ਬਹੁਤ ਟੇਸਟੀ ਸਵਾਦਿਸ਼ਟ। ਸਾਰੇ ਇਹਨੂੰ ਖਾ ਕੇ ਦੇਖੋ, ਗਰਮ ਗਰਮ ਫੁਲਕਿਆਂ ਨਾਲ, ਮਾਂ ਛੋਲਿਆਂ ਦੀ ਦਾਲ ਜਿਹੜੀ ਸਦਾ ਨਿਭੇ ਨਾਲ। ਪਲੀਜ਼ ਮੇਰੇ ਚੈਨਲ ਨੂੰ ਲਾਈਕ ਕਰ ਦੇਣਾ, ਸ਼ੇਅਰ ਕਰ ਦੇਣਾ, ਸਬਸਕ੍ਰਾਈਬ ਕਰ ਦੇਣਾ। ਥੈਂਕ ਯੂ।